ਮੋਹਾਲੀ ਦੇ ਮੁੱਲਾਪੁਰ ਵਿੱਚ ਸਟੇਡੀਅਮ ਵਿੱਚ 23 ਤਰੀਕ ਨੂੰ ਮੈਚ ਹੋਣ ਜਾ ਰਿਹਾ, IPL ਮੈਚ ਹੈ, ਤਾਂ ਉਸਦੇ ਪਹਿਲਾਂ ਕੀ ਤਿਆਰੀਆਂ ਨੇ? ਇਸ ਵਕਤ ਅਸੀਂ ਮੋਹਾਲੀ ਦੇ ਮੁੱਲਾਪੁਰ ਸਟੇਡੀਅਮ ਦੇ ਵਿੱਚ ਖੜ੍ਹੇ ਹਾਂ, ਨਿਊ ਚੰਡੀਗੜ੍ਹ ਦੇ ਵਿੱਚ, ਔਰ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ। ਇਸੇ ਸਟੇਡੀਅਮ ਦੇ ਵਿੱਚ 23 ਤਰੀਕ ਨੂੰ ਮੈਚ ਹੋਣਾ ਹੈ, ਔਰ ਉਸ ਤੋਂ ਪਹਿਲਾਂ ਅੱਜ ਸਪੈਸ਼ਲ DGP ਪੰਜਾਬ ਪੁਲਿਸ ਅਰਪਿਤ ਸ਼ੁਕਲਾ ਜਿਹੜੇ ਹੈਗੇ ਉਹਨਾਂ ਵੱਲੋਂ ਵੀ ਜਾਇਜ਼ਾ ਲਿਆ ਗਿਆ। ਸੁਰੱਖਿਆ ਪ੍ਰਬੰਧ ਜਿਹੜੇ ਹੈਗੇ ਸੀ ਉਹਨਾਂ ਦੇ ਉੱਤੇ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਜ਼ਿਕਰ ਕੀਤਾ ਗਿਆ, ਕਈ ਜਿਹੜੀ ਮੀਟਿੰਗਸ ਹੋਣ ਤੋਂ ਬਾਅਦ ਪ੍ਰੈਸ ਵਾਰਤਾ ਵੀ ਕੀਤੀ ਗਈ, ਲੇਕਿਨ ਉਹ ਸਭ ਦੇ ਵਿੱਚ ਕਿਸ ਤਰੀਕੇ ਦੇ ਸੁਰੱਖਿਆ ਅਰੇਂਜਮੈਂਟਸ ਨੇ, ਕਿਉਂਕਿ ਅਲੱਗ ਅਲੱਗ ਜਗ੍ਹਾ ਜਿਹੜੀ ਹੈਗੀ ਹੈ ਮੁੱਲਾਪੁਰ ਸਟੇਡੀਅਮ ਦੇ ਬਾਹਰ ਉੱਤੇ ਪਾਰਕਿੰਗ ਜਿਹੜੀ ਹੈ ਉਹ ਵੀ ਬਣਾਈ ਗਈ। ਉਸ ਤੋਂ ਪਹਿਲਾਂ ਸਟੇਡੀਅਮ ਨੂੰ ਪੂਰਨ ਤੌਰ ਦੇ ਉੱਪਰ ਜਿਹੜਾ ਹੈਗਾ ਉਹ ਪੱਧਰਾ ਵੀ ਕੀਤਾ ਜਾ ਰਿਹਾ, ਤਾਂ ਜੋ ਮੈਚ ਖੇਡਦੇ ਵਕਤ ਜਿਹੜੀ ਗੇਂਦ ਹੈ ਉਹ ਸਹੀ ਤਰੀਕੇ ਦੇ ਨਾਲ ਬਾਊਂਸ ਹੋ ਸਕੇ, ਜਾਂ ਹੋਰ ਕਈ ਕਾਰਨ ਜਿਹੜੇ ਹੈਗੇ ਨੇ ਉਸ ਦੇ ਵਿੱਚ। ਜੇਕਰ ਗੱਲ ਕਰੀਏ ਤਾਂ ਮੁੱਲਾਪੁਰ ਸਟੇਡੀਅਮ ਦੇ ਬਾਹਰ ਲਗਭਗ 7000 ਕਾਰਾਂ ਦੀ ਜਿਹੜੀ ਪਾਰਕਿੰਗ ਹੈ ਉਹ ਰੱਖੀ ਗਈ ਹੈ। ਉਸ ਤੋਂ ਬਾਅਦ ਸਟੇਡੀਅਮ ਦੇ ਵਿੱਚ ਲਗਭਗ 35 ਤੋਂ 40 ਹਜ਼ਾਰ ਜਿਹੜੇ ਲੋਕ ਨੇ ਜੋ ਮੈਚ ਦੇਖਣ ਆਉਣਗੇ ਉਹ ਬੈਠ ਸਕਦੇ ਨੇ, ਸਿਟਿੰਗ ਪ੍ਰਬੰਧ ਹੈਗੇ ਨੇ। ਤਾਂ ਉਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਹਰੇਕ ਪੱਧਰ ਦੇ ਉੱਪਰ ਜਿਹੜੀ ਜਾਂਚ ਪੜਤਾਲ ਹੈ ਉਹ ਕੀਤੀ ਜਾ ਰਹੀ ਹੈ, ਸੁਰੱਖਿਆ ਪ੍ਰਬੰਧ ਜਿਹੜੇ ਨੇ ਉਹਨਾਂ ਦੇ ਜਾਇਜ਼ੇ ਲਏ ਜਾ ਰਹੇ ਨੇ, ਔਰ ਇਸੇ ਤਰੀਕੇ ਦੇ ਨਾਲ ਵੱਖ ਵੱਖ ਜਿਹੜੇ ਕੈਟੇਗਰੀਜ਼ ਦੇ ਅਕੋਰਡਿੰਗ ਸਿਟਿੰਗ ਜਿਹੜੇ ਹੈਗੇ ਨੇ ਉਹਨਾਂ ਨੂੰ ਤਿਆਰ ਕੀਤਾ ਗਿਆ। ਔਰ ਦੂਜੇ ਪਾਸੇ ਜਿਵੇਂ SC SU ਹੈਗਾ ਜਾਂ ਫਿਰ ਜਿਹੜੇ ਅੰਪਾਇਰਸ ਨੇ ਉਹ ਇਹਨਾਂ ਖਿੜਕੀਆਂ ਦੇ ਵਿੱਚ ਬੈਠ ਕੇ ਪੂਰਨ ਤੌਰ ਦੇ ਉੱਪਰ ਜਿਹੜੀ ਜਾਣਕਾਰੀ ਹੈਗੀ ਆ ਉਹ ਦਿੰਦੇ ਰਹਿਣਗੇ ਲਗਾਤਾਰ ਨਾਲ। ਔਰ ਇਸ ਸਭ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ, ਕਿਉਂਕਿ ਇਹ ਪਹਿਲੀ ਵਾਰ ਇਸ ਸਟੇਡੀਅਮ ਦੇ ਵਿੱਚ ਮੈਚ ਹੋਣਾ ਹੈ, ਔਰ ਉਸ ਨੂੰ ਲੈ ਕੇ ਪਹਿਲਾਂ ਤੋਂ ਹੀ ਜਿਹੜੇ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ, ਇਹ ACSU ਜਿਹੜੇ ਹੈਗੇ ਨੇ ਉਹ ਸਟਾਫ ਮੈਂਬਰ ਇਸ ਕੈਬਿਨ ਦੇ ਵਿੱਚ ਬੈਠਣਗੇ, ਔਰ ਇਸੇ ਤਰੀਕੇ ਦੇ ਨਾਲ ਨਾਲ ਵਾਲੇ ਕੈਬਿਨ ਜਿਹੜੇ ਨੇ ਲਗਾਤਾਰ ਤਿਆਰ ਬਰ ਤਿਆਰ ਹੋ ਰਹੇ ਨੇ। ਔਰ ਉਸ ਤੋਂ ਬਾਅਦ ਅਗਲਾ ਜਿਹੜਾ ਕੈਬਿਨ ਹੈ ਉਹ ਅੰਪਾਇਰਸ ਦਾ ਹੈ, ਪੂਰਾ ਨਤੀਜਾ ਜਿਹੜਾ ਉਹ ਦੇਣਗੇ ਪਲੇਅਰਸ ਦਾ, ਔਰ ਉਸ 'ਤੇ ਅਗਲੇ ਜਿਹੜਾ ਰੈਫਰੀ ਹੈ ਉਸੇ ਤਰੀਕੇ ਦੇ ਨਾਲ ਰੈਫਰੀ ਦਾ ਕੈਬਿਨ ਰਹੇਗਾ, ਕਿਉਂਕਿ ਸੈਟਿੰਗ ਲਗਾਤਾਰ ਹੋ ਰਹੀ ਹੈ। 23 ਤਰੀਕ ਨੂੰ ਮੈਚ ਹੋਣਾ ਹੈ, ਅਜੇ 3 ਦਿਨ ਜਿਹੜੇ ਹੈਗੇ ਨੇ ਉਹ ਬਾਕੀ ਨੇ, ਤਾਂ ਉਸ ਦੇ ਵਿੱਚ ਹੁਣ ਪੁਲਿਸ ਜਿਹੜੀ ਆ ਲਗਾਤਾਰ ਉਹਨਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਹੈ, ਔਰ ਜਿਹੜੇ ਲੋਕ ਨਜ਼ਦੀਕ ਲੋਕ ਜਿਹੜੇ ਰਹਿਣ ਵਾਲੇ ਨੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ, ਤਾਂ ਜੋ ਮੁਸ਼ਕਲ ਜਿਹੜੀ ਉਹ ਕਿਸ ਤਰੀਕੇ ਲੋਕਾਂ ਨੂੰ ਨਾ ਆਵੇ। ਨਾਲ ਦੀ ਨਾਲ ਮੋਹਾਲੀ ਦੇ ਵਿੱਚ ਜਾਂ ਚੰਡੀਗੜ੍ਹ ਤੋਂ ਇਲਾਵਾ ਬਾਹਰਲੇ ਸੂਬਿਆਂ ਤੋਂ ਵੀ ਲੋਕ ਜਿਹੜੇ ਨੇ ਮੋਹਾਲੀ ਮੁੱਲਾਪੁਰ ਸਟੇਡੀਅਮ ਦੇ ਵਿੱਚ ਪਹੁੰਚਣਗੇ, ਔਰ ਇਸ ਵਿੱਚ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ, ਕਿਉਂਕਿ ਟ੍ਰਾਈਸਿਟੀ ਦਾ ਪਾਰਟ ਹੋਣ ਕਰਕੇ ਟ੍ਰੈਫਿਕ ਜਿਹੜੀ ਐਡਵਾਈਜ਼ਰੀ ਅੱਜ ਸ਼ਾਮ ਤੱਕ ਜਾਰੀ ਕੀਤੀ ਜਾਵੇਗੀ ਕਿ ਕਿਹੜੇ ਰੂਟ ਥਾਣੀ ਕਿੰਨਾ ਮੈਚ ਵੇਖਣ ਦੇ ਲਈ ਜਿਹੜੇ ਸੈਲਾਨੀ ਨੇ ਉਹ ਆਉਣਗੇ, ਕਿਉਂਕਿ ਪਾਸਿਸ ਦੇ ਅਕੋਰਡਿੰਗ ਟਿਕਟਾਂ ਦੇ ਅਕੋਰਡਿੰਗ ਹਰੇਕ ਪੱਧਰ ਦੇ ਉੱਤੇ ਵੱਖਰੇ ਵੱਖਰੇ ਜਿਹੜੇ ਡਾਈਵਰਸੀਫਿਕੇਸ਼ਨ ਲਗਾਏ ਜਾਣਗੇ, ਉਹ ਡਾਈਵਰਟ ਰੂਟ ਕੀਤੇ ਜਾਣਗੇ, ਔਰ ਉਹਨਾਂ ਪਾਸਿਸ ਦੇ ਆਧਾਰ ਦੇ ਉੱਤੇ ਹੀ ਐਂਟਰੀ ਜਿਹੜੀ ਉਹ ਕੀਤੀ ਜਾਣੀ ਹੈ। ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕੰਗ, ਦੈਨਿਕ ਸਵੇਰਾ TV ਮੋਹਾਲੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV ਯੂਟਿਊਬ ਫੇਸਬੁੱਕ ਇੰਸਟਾਗ੍ਰਾਮ X ਔਰ WhatsApp ਚੈਨਲ ਪਰ।